घर बहन बिरा कोई बाहर निकल आवे। कौन है? बोलो हां जी। जी गरीब बंदे है ठीक है ते पितराने दा पक्का दे सानू। तू कितने गरीब लगना है? गरीब आया वेखी ना मेरा बिरा है अखी तू नबीना है। ਉਹ ਤਾਂ ਸਮਝ ਆਂਦਾ ਪਿਆ ਤੂੰ ਤੇ ਤੇਰੀ ਪਤਨੀ ਨਾਲ ਕੌਣ ਇਹ ਕਿੱਥੋਂ ਗਰੀਬ ਲੱਗਦੇ ਤੂੰ ਚੰਗੇ ਭਲੇ ਨਹੀਂ ਮੇਰੀ ਗੱਲ ਸੁਣੇ ਨਾ ਮੇਰਾ ਵੀਰਾ ਮਜਬੂਰੀ ਨੂੰ ਹਰ ਕੋਈ ਟੋਰ ਪਾਉਂਦਾ ਆ ਨਦੀਨਾ ਹੈ ਇਸ ਨੂੰ ਸਾਹ ਦੀ ਮਰਜ਼ ਚੜਦੀ ਹੈ ਅਸੀਂ ਗਰੂ ਇਸ ਹਿਸਾਬ ਨਾਲ ਚੱਲੇ ਹਾਂ ਤੁਸਾਂ ਵੀਰਾਵਾਂ ਤੇ ਉਮੀਦ ਕਰਕੇ ਕਿ ਤੁਸੀਂ ਸਾਨੂੰ ਬੇਉਮੀਦ ਕਰੋ ਤਾਂ ਕਿਹੜੇ ਪਾਸੇ ਜਾਈਏ ਇਹ ਮੈਨੂੰ ਤੂੰ ਅੱਟਾ ਕੱਟਾ ਨਾ ਵੇਖ ਅੰਦਰੂ ਮੈਂ ਵੇਲਾ ਖਾਦਿਆ ਪੈਂਦਰੂ ਖਾਦਿਆ ਮੈਨੂੰ ਲੱਗਦਾ ਜੇਬੋ ਹੀ ਵੇਲਾ ਤੂੰ ਹਾਂਜੀ ਜੇਬੋ ਵੇਲੇ ਆਇਆ ਤਾਂ ਮਿਹਰਬਾਨੀ ਕਰੋ ਮੇਰੀ ਭੈਣ ਇੱਕ ਨੂੰ ਸਮਝਾ ਕੋਈ ਕੰਮ ਕਾਰ ਕਰੇ ਤੇ ਪੈਸੇ ਘੇਣਾ ਵੇ ਘਰ ਚਲੋ ਉਹ ਤਾਂ ਨਹੀਂ ਕਰ ਸਕਦੇ ਇਹ ਤਾਂ ਕੰਮ ਕਰ ਸਕਦਾ ਨਾ ਦੁਨੀਆ ਕਿਦਾਂ ਹੈ ਅੱਲਾ ਦੇ ਸਿਰ ਤੇ ਵਸਦੀ ਵੀ ਪਈ ਹੈ ਕੋਈ ਤੁਸੀਂ ਆਸਰਾ ਕਰੋ ਜੋ ਕੋਈ ਭੁੱਖੇ ਹੁੰਦੇ ਪਏ ਚਲੋ ਆਸਾ ਤਾਂ ਕਰ ਦੇਨੇ ਆ ਬਲੇ ਕੋ ਸਮਝਾ ਕੰਮ ਸ਼ਮ ਤਾਂ ਕਰੇ ਉਹ ਮਰੀਜ਼ ਬੰਦਾ ਏ ਬਾਉ ਦੋ ਕਦਮ ਟੁਰਨਾ ਨਾ ਤਾਂ ਸਾਹ ਚੜ ਜਾਂਦਾ ਤੇ ਮੇਰਾ ਵੀਰਾ ਕੋ ਬਹਿ ਕੇ ਕੰਮ ਕਰ ਲੈ ਕੋ ਘਰ ਦੇ ਵਿੱਚ ਕੰਮ ਹੀ ਹੁੰਦੇ ਨੇ ਆ ਜਾਂਦੇ ਨੇ ਮੂੰਹ ਚੱਕ ਕੇ ਅੱਲਾ ਬਲਾ ਕਰੇ ਅੱਲਾ ਬਲਾ ਕਰੇ ਗੱਲ ਬੜ ਸਹੀ ਦੁਬਾਰਾ ਨਾ ਵੀ ਹੁਣ ਉਹ ਨੂੰ ਦੇ ਦਿੱਤਾ ਕੀਤਾ ਮੂਤਰ ਦੀ ਕਰੂਲੀ ਤੇ ਨਾ ਕਰ ਰਾਜ਼ੀ ਹੋ ਕੇ ਦੇ ਤੂੰ ਤਾਂ ਠੱਡੇ ਸਾਹ ਰਾਜ਼ੀ ਹੋ ਕੇ ਨੱਚ ਕੇ ਵਹਾ ਦੇ ਮੈਂ ਰਾਜ਼ੀ ਹੋ ਕੇ ਦੇ ਬੇਇੱਜ਼ਤੀ ਕਰਦਾ ਪਿਆ ਸਾਡੀ ਬੇਇੱਜ਼ਤੀ ਕਰਦਾ ਪਿਆ ਇੱਕ ਮੰਗ ਲੈ ਤੂੰ ਬਲਾ ਕਾਸ਼ੀ ਕਰ ਦੇ ਅੱਛਾ ਚਲ ਜਾ ਅੱਲਾ ਤੈਨੂੰ ਥੀਏਟਰ ਵਿੱਚ ਕੰਮ ਦੇਵੇ ਆਮੀਨ ਵਾਲੇਕੁਮ ਸਲਾਮ ਕੀ ਹਾਲ ਹੈ ਠੀਕ ਹੈ ਹੋਰ ਸਭ ਖੈਰ ਖਰੀਆ ਤੇ ਹਾਂ ਠੀਕ ਹਾਂ ਮੈਂ ਠੀਕ ਅੱਛਾ ਅੱਛਾ ਤੇ ਸੁਣਾ ਕੋ ਫੱਕਾ ਨਾ ਬੈਨੇ ਕੋਈ ਨਹੀਂ ਉਹਦੇ ਕੀਤੀ ਜਾਣਾ ਉਸ ਜੇਬ ਵਿੱਚ ਫੜ ਕੇ ਪਾ ਲੈਣੇ ਨਹੀਂ ਇੱਕ ਅੰਨੀ ਬਲਾ ਨੂੰ ਇਹਨੂੰ ਅਕਲ ਹੀ ਕੋਈ ਨਹੀਂ ਤੂੰ ਮੈਨੂੰ ਇਹ ਦੱਸ ਕੰਮ ਸਾਡਾ ਅਸਾਂ ਗਾਇਆ ਲਿਆ ਦਿੱਤਾ ਨਹੀਂ ਕੀਤਾ ਤੂੰ ਵਿੱਚ ਕੀ ਟਾਂਗੜਾ ਬਣਾ ਗਿਆ ਉਹ ਮੈਨੂੰ ਇਹਸਾਸ ਹੋਏ ਪਰ ਇਹਦੇ ਹੋ ਕੇ ਖਲੋ ਇਹਸਾਸ ਹੋਏ ਮੇਰੀ ਪਹਿਲੇ ਗੱਲ ਸੁਣਾ ਅੱਛਾ ਇਹਸਾਸ ਇੱਥੇ ਮੇਰੇ ਲਈ ਨਹੀਂ ਹੁੰਦਾ ਇਹ ਕਰ ਖਾ ਇਹਸਾਸ ਹੋਏ ਅਸੀਂ ਮੇਰੇ ਲਈ ਕਰ ਕਮਲਾ ਯਾਰ ਮੇਰੀ ਗੱਲ ਬਸ ਕਰ ਡਨ ਨਾ ਇੱਥੇ ਵੇਖ ਹੌਸਲਾ ਕਰ ਉਹ ਤੂੰ ਚੰਗਾ ਭਲਾ ਹੱਤਾ ਕੱਟਣਾ ਦੇ ਨਾਲ ਇਹਦੀ ਸੋਹਣੀ ਸੁਨੱਖੀ ਰਾਨ ਲਈ ਵਨ ਅੱਲਾ ਦੇ ਬੰਦੇ ਪਰ ਮੈਂ ਚ ਦੇ ਹੈ ਉਹ ਤੇਰਾ ਮੈਂ ਡੇਡੀ ਪਾਲੀ ਰੱਖਾਂ ਸਾਡਾ ਜਿਵੇਂ ਦਾ ਹਿਸਾਬ ਹੈ ਪਰ ਅਸਾਂ ਇੰਜ ਦੇ ਕੋਈ ਨਹੀਂ ਸੇ ਓਹੋ ਉਹ ਜੱਟ ਗੜੀ ਬਣ ਜਾਓ ਤੇ ਕਿਹੜਾ ਹਾਰ ਜੇ ਯਾਤੀ ਹੋ ਪੌਲੇ ਮਾਰੋ ਹੈ ਤੇ ਕੌਣ ਇਹਨੂੰ ਪੌਲੇ ਮਾਰੋ ਇਹ ਮੇਰਾ ਵਿਰਾ ਹੈ ਵੀ ਮੈਨੂੰ ਕੀ ਪਤਾ ਕੌਣ ਹੈ ਓਏ ਨਾ ਫਿਰ ਮੈਂ ਆਈ ਪੁੱਠਾ ਤੇ ਮਥਾ ਮੂਰ ਪਰ ਬੰਦਾ ਜਾ ਪਰ ਟੋਰ ਚਲੀ ਯਾ ਬਾਉ ਆ ਵੇਖੀ ਆ ਤੂੰ ਸ਼ੇਰ ਖਾਣ ਚ ਲੱਗਾ ਪਰ ਤੁਸੀਂ ਚਸਕੇ ਲੈਣ ਲੱਗ ਗਏ ਆ ਚੱਲ ਆਈ ਲੋ ਕਲਾ ਗਾਲ ਤਾਂ ਸੁਣ ਲੈ ਕਿ ਕਿ ਜਾ ਤੇ ਦੋ ਘੰਟੇ ਲੈਂਦੇ ਨੇ ਚੱਲ ਲੈ ਬਈ ਸੋਹਣੇ ਆ ਆ ਆਰਾਮ ਦਿਲ ਦੇ ਖੱਡ ਚ ਗਈ ਖੁੱਬ मगर मगर राय भाई वे चंगे भले वदे ने तुकार कमा लो चाल बेली मगर लिया चाल आज ना इथे आवाज ला ओ जी वे खैर होवे को बैठ बिरा घर है असे ता घर बने आ मुंह चा के वाड़े आई ने पूछया दस आई ने कि से तू नहीं ओ जी गल्ला पूछण दा सण दी होंदी आज मंगण वाले केड़ा दरवाजा खड़का के अंदर अंदर दरवाजा खड़का के क्या तू से कोठे च वड़दे आया तू से मंगण वाले वे ਆ ਕਿੱਡੀ ਸੋਹਣੀ ਸਮਾਣੀ ਹੈ ਇਹਦਾ ਸਦਕਾ ਖਰਾਤ ਕੱਢਿਆ ਕਰ ਅੱਲਾ ਤੇਰਾ ਜੋੜਨ ਸਲਾਮਤ ਰੱਖੀ ਕੋ ਹੈ ਅੱਲਾ ਤੂੰ ਖੌਫ ਖੁਦਾ ਕੀਤਾ ਕਰੋ ਵੀ ਸਾਨੂੰ ਕਿਸੇ ਵਰਗਾ ਨਾ ਕਰੇ ਆ ਕੋ ਫਿਤਰਾਨਾ ਪੁੱਤਰੋ ਨਾ ਦਿਓ ਅਸੀਂ ਦੋਵੇਂ ਸਮਾਣੀ ਮਰਦ ਬਿਮਾਰ ਆ ਯਕੀਨ ਕਰ ਜੇ ਨੀ ਤਗੜੀ ਜਾਨ ਆ ਗਈ ਮੰਗਣ ਹਾਲਤ ਦੇਖੋ ਹੁੰਦੀ ਹੈ ਮੇਰੀ ਗੱਲ ਸੁਣ ਬਾਜੀ ਗੱਲ ਤੇ ਸੁਣ ਆਉ ਨਦੀਨਾ ਕੇ ਕਮਾ ਨਹੀਂ ਸਕਦਾ ਆਉ ਨਦੀਨਾ ਹੈ ਮਰੀਜ਼ ਹੈ ਇਹਨਾਂ ਦੀ ਦਵਾਈਆਂ ਛਵਾਈਆਂ ਮੈਂ ਆਈ ਲੈ ਕੇ ਦੇਣੀ ਹੁੰਦੀ ਮੈਂ ਨਾਲ ਨਾਲ ਤੇ ਧੱਕੇ ਖਾ ਤੇ ਮਰ ਜਾਵਨ ਕਿਦਾਂ ਹਾਂ खा के तो तू पली भई मेरे ख्याल इन्ना को तो कशा देंदी नहीं मैं मेरा डेढ़ फद्दी खली है जे टुक्कर दा गिरा खाने तेनु तो पीर पई खली है कोई नेकी करू तो कार नु करें दे ता जवाब दे तू ज्यादा मेकअप अंगूठियां है पता क्या क्या पाती वदी मंगणी आ ए मरज नाल मुंह चिट्टा होया खला ते मरज नाल डेढ़ फुलिया खला बस करण साए कर ले बुवे ते आया नाल इंज ना ही करंदी चलो आ गण ते ननु कशा दिल ने आ केडा सोहणा छोड़े तोडा केडी सोहणी लगदी खली कसम नाल ई दिल कटदी खली मेरी गल सुन एनु पर छड़ तो लाए तला के ਮੇਰਾ ਕਰ ਲੈ ਨਿਕਾ ਯਾਰ ਆ ਵੇਖ ਕੇ ਨਾ ਭਲਾ ਬਾਓ ਤੁਸੀਂ ਅੱਲਾ ਦੇ ਰਾਤ ਦੇਣਾ ਓਏ ਅੱਲਾ ਦੇ ਰਾਤ ਦੇਵਣਾ ਤੁਸੀਂ ਦੇਵ ਤੇ ਅਸੀਂ ਜਾ ਬੀਟਾ ਇੱਕ ਮਿੰਟ ਮੇਰੀ ਗੱਲ ਸੁਣੋ ਕੀ ਮਤਲਬ ਹੈ ਇੱਕ ਮੰਗਣ ਵਾਲੇ ਕਹਿ ਨਹੀਂ ਏ ਮੰਗਣ ਵਾਲੇ ਕੋਈ ਨਹੀਂ ਹੈ ਨਹੀਂ ਇਹ ਤਾਂ ਪਠਾਂਕ ਬਣਾਈ ਵਜਨ ਮੰਗਣ ਵਾਲੇ ਵੀ ਹੁੰਦੇ ਨੇ ਵੇਖ ਮੈਂ ਕੋ ਆਖਾ ਹੀ ਨਹੀਂ ਮੰਗਣ ਵਾਲੇ ਕਹਿ ਨਹੀਂ ਓਏ ਇੱਧੇ ਵੇਖੇ ਛੋਰੇ ਵੇਖ ਲਾਪ ਲਾਪੇ ਸੁਰਖੀ ਦੀ ਰਾਈ ਵਦੀ ਗੱਲ ਸੁਣ ਬੈਣ ਨਹੀਂ ਮੈਂ ਤੈਨੂੰ ਸਿੱਧੀ ਗੱਲ ਦੱਸੇ ਨਹੀਂ ਇਹ ਰੱਖੀ ਵਦਾ ਯਾਖ ਮੇਰੇ ਤੇ ਕਿਹੜੇ ਵੇਲੇ ਦੀ ਮਗਰ ਮਗਰ ਟੁਰਦਾ ਜੈਸੇ ਲੈਂਦੀ ਡਾਲ ਨਹੀਂ ਗੱਲੀ ਉਸੇ ਲੈਨੂੰ ਆਗ ਲ
ਲੱਗੀ ਖਲੋਤੀ ਤੇ ਚੱਕ ਕੇ ਆਂਦੇ ਭੜੀ ਗੱਲ ਮੌਲਾ ਬਖਸ਼ ਫਕੀਰ ਪਿੰਨਾ ਨਾਲੇ ਤੇ ਤੂੰ ਨਾਂ ਦੇ ਮਗਰ ਯਾਰ ਬਣਿਆ ਵੇਖੀ ਨਾ ਹੁਣ ਮੰਗਲ ਪਿੰਨੇ ਨਾ ਆਇਆ ਤੇ ਸਵਾਣੀ ਖਵਾ ਜਾਵਾ ਤੇ ਮਾਰੀ ਗੱਲ ਹੈ ਨਾ ਤੇ ਸਾਰੇ ਐਸੇ ਦੇ ਉਸੇ ਜਾ ਵੀ ਪੈਸੇ ਕੇ ਨਹੀਂ ਪੈਸੇ ਦੇਵਣੇ ਨੇ ਮੈਂ ਬਾਈ ਖਲਿਆਂ ਤੇ ਉਡਾਇਆ ਜਾਵਣਾ ਪੈਸੇ ਦੇ ਵੇਖਣਾ ਕਿ ਸਾਡੇ ਮੂੰਹ ਨੂੰ ਵੇਖ ਅਜਾ ਵਾ ਬੱਜ ਜਾ ਪਰਾਂ ਕੋਈ ਨਹੀਂ ਪੈਸੇ ਮੇਰਾ ਵਿਰਾਹ ਸਾਡੇ ਮਗਰੋਂ ਤੂੰ ਲਾ ਗਿਆ ਕੋਈ ਨਾ ਤੂੰ ਕੱਦਾਂ ਨੂੰ ਹੱਥ ਜੋੜੇ ਕਰ ਕੱਦਾਂ ਨੂੰ ਇੱਥੇ ਬੰਦਾ ਖਲਾ ਯਾਰ ਅਜਾ ਵਾ ਜਾ ਕੋਈ ਨਹੀਂ ਪੈਸੇ ਤੇਰੇ ਨਾਮ ਤੇ ਗੜਾ ਪਵੇ ਤੈਨੂੰ ਸੂਲ ਪਵੇ ਤੇ ਸ਼ਾਲਾ ਮਿਰਗੀ ਪਵੇ ਤੇ ਲਵੇ ਮਗਰੂ ਹਯਾਤੀ ਅਬ ਜਿੰਨੇ ਮਰਦੀ ਬਾਤ ਦਵਾਵਾ ਦੇ ਮੈਨੂੰ ਤੇ ਫੁੱਲਾਂ ਦੀ ਹੌਲੀਆਂ ਲੱਗਦੀਆਂ ਪਈਆਂ ਹੋਈਆਂ ਇੰਨੀ ਦੇਰ ਨੂੰ ਤਾਂ ਪੈਸੇ ਦੇਵਣੇ ਆ ਤੇ ਅਸੀਂ ਹੁਣ ਅਗਲੇ ਘਰ ਵੀ ਆ ਰਾਵਣ ਨਾ ਸਾਨੂੰ ਦੇਵਣਾ ਤਾਕੂ ਅਸਾਂ ਵੀ ਗਰੀਬ ਯਤੀਮ ਕੁੜੇ ਸੂ ਔਰ ਦੇ ਮੈਨਾਂ ਮੈਨੂੰ ਨਹੀਂ ਦੇਵਣੇ ਅਸੀਂ ਭਾਈ ਹੁਣ ਪਰ ਸਿਰ ਰਗੜੀ ਖਾਜੀ ਤੂੰ ਮਗਰੂ ਲੈ ਵੇ ਨੇ ਤੇਰੇ ਹੋਟੇ ਚ ਰਹਿ ਜਾ ਚੰਗਾ ਪਰ ਬਾਹਰ ਉਦੋਂ ਚੱਲੀਓ ਚੰਗਾ ਕੀਤਾ ਜਿਹੜੇ ਨਾ ਹੀ ਦਿੱਤੇ ਅੱਜ ਜ਼ਬਾਨ ਹੀ ਮੈਂ ਉਗੰਦੀ ਏ ਓਏ ਅੱਲਾ ਦੇ ਬੰਦਿਆ ਇਹ ਲੁਟੇਰੇ ਟੁਰੇ ਵਦੇ ਨਹੀਂ ਆਦੇ ਸਨ ਫਿਤਰਾਨੇ ਦਿਓ ਅਸੀਂ ਮਸਕੀਨ ਆ ਅਸੀਂ ਯਤੀਮ ਆ ਨਾਲ ਰਾਨ ਨਹੀਂ ਵੇਖੀ ਜੋਟੇ ਰੰਗੀ ਨਾਲ ਰਾਨ ਲਈ ਸੋਹਣੀ ਸੁਨੱਖੀ ਤੱਕ ਅਸੀਂ ਪਹਿਨੇ ਆ ਹੈ ਚੰਗਾ ਬਾਤ ਕੇ 500 ਰੁਪਈਆ ਮੈਂ ਕਿਹਾ ਇਹਨੂੰ ਸਮਝ ਨਹੀਂ ਰਿਹਾ ਸੀ ਸੱਚੇ ਹੀ ਨੇ ਤੁਸੀਂ ਉਸ 500 ਦੇ ਨਾ ਐਸ ਵਣ ਕੇ ਮੇਕਅਪ ਲਾਇ ਦੇ ਤੂੰ ਇਦਾਂ ਨੇੜੇ ਨਹੀਂ ਆ ਹੈ ਠੀਕ ਹੋ ਗਿਆ ਮੈਂ ਚੱਲਦਾ ਵੇਖ ਦਾ ਦੀ ਹੋਈ ਮੈਂ ਤਾਂ ਮੀ ਉਹਨੂੰ ਕੁਨਾ ਦੇ ਪੈਸੇ ਇੱਥੇ ਬੈ ਆਈ ਗਾੜੀ ਚੰਗੀ ਲੱਗੀ ਅੱਛਾ ਬਲੋ ਤੁਹਾਡੇ ਨਾਲ ਸਣੇ ਇਕੱਠੇ ਮੈਂ ਕਾਰ ਤੇ ਲਿਆਂਦਾ ਠੀਕ ਹੈ ਬਾਬੂ ਮੈਨੂੰ ਤਾਂ 5 ਰੁਪਏ ਸਿਰਫ ਡੀਜਨ ਆ ਵੇ ਹਜ਼ਾਰ ਵਾਲੇ 100 ਵਾਲੇ 50 ਵਾਲੇ ਜੁੜਾ ਮੋੜ ਤੇਰੀ ਵੀ ਗਿਣਸਾ ਨਾ ਤੇਰੀ ਕਿੰਨੀ ਕੁ ਕਮਾਈ ਹੈ ਵੇਖ ਲੈ ਨੇ ਤੇਰੇ ਤਾਂ ਕਿੰਨੇ ਪੈਸੇ ਤੂੰ ਜ਼ਿਆਦਾ ਮੰਡੀ ਆਈਂ ਦੇ ਕੋਲ ਹੋਣੀ ਹੈ ਬਰਜੇ ਕਾਟ ਖੱਕੀ ਦੇ ਗਾਵੀ ਨਾ ਲੱਗ ਲੈਣ ਤਾਂ ਬਿੱਲਾ ਲਾਲ ਹੈ ਠੀਕ ਹੈ ਆ ਬਲਾ ਵੇ ਜੀ ਬਾਗ ਲੱਗੇ ਰਹਿਣ ਬਾਗ ਸੁੱਤ ਰਹਿਣ ਸਾਗ ਪੱਕ ਰਹਿਣ ਨਿਗੇ ਮਾਰਦੀ ਪਈ ਅੰਨਾ ਬੜਾ ਫਿਰਨਾ ਅੱਜ ਤੇ ਮੇਰੇ ਲਈ ਆ ਜੋੜ ਤੇ ਗੇਂਦ ਤੇ ਹਜ਼ਾਰਾਂ ਵਾਲੇ ਸੌਵਾਂ ਵਾਲੇ ਆ ਸਾਰੀ ਮੱਡੀ ਆ ਮੱਝਾ ਡੰਗਰ ਅਸੀਂ ਇਹਨਾਂ ਦੇ ਵਿੱਚੋਂ ਬਣਾਇਆ ਹੀ ਨਹੀਂ ਆ ਵੇਖ ਮੈਂ ਕਮਲਾ ਬਾਨ ਕੇ ਲੈਂਦਾ ਓਏ ਵੇਖ ਉਹ ਸਾਡਾ ਇਹ ਕੋਈ ਤਾਂ ਬਣ ਜਾਵੇ ਸਾਡੇ ਮਗਰ ਇੱਕ ਕੁੱਤਾ ਲੱਗਾ ਵਾ ਤੇ ਜਿੱਥੇ ਜਾਣੇ ਮਗਰ ਹਲਕਾ ਛੁੱਟਾ ਖਾ ਲੈ ਅੱਛਾ ਹਾਂ ਹਲਕਾ ਓ ਤੁਹਾਡਾ ਪੁੱਤਾ ਚਾਉ ਜਾਵੇ ਕਿ ਖੁਦਾ ਬੰਦਿਆ ਓਏ ਰੱਖ ਦੇ ਨਹੀਂ ਮੋੜ ਮਗਰ ਰੱਖ ਲੈ ਮੈਂ ਤੇ ਲਾ ਲਾ ਲਿੱਤਾ ਲਵਣਾ ਤੇ ਤੇਰੇ ਮਛੇਰ ਜੁੜ ਜਾਣਾ ਆ ਦੇਖ ਲੈ ਓਏ 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 ਇਹਨਾਂ ਪੈਸੇ ਨਹੀਂ ਦੇਵਣੇ ਨਹੀਂ ਸਾਈ ਪਹਿਲੇ ਮੇਰੀ ਗੱਲ ਸੁਣ ਤੇ ਲਓ ਚਲੋ ਤੁਸੀਂ ਇੱਕੋ ਕੋ ਜੋਏ ਖਲੇ ਨੇ ਤੇ ਮਣੀ ਘਰ ਰਾਨੂ ਦੇ ਤਲਾਕ ਦਾ ਨਿਕਾਹ ਕਰੇ ਮੈਂ ਸਮਝਿਆ ਵੀ ਆਖੋ ਵੀ ਮੈਨੂੰ ਨਾ ਇੱਕ ਮਿੰਟ ਇੱਕ ਮਿੰਟ ਅੱਛਾ ਤੈਨੂੰ ਅਸੀਂ ਦਾ ਰਿਸ਼ਤਾ ਜ਼ਰੂਰ ਦੇਨੇ ਆ ਪਰ ਇੱਕ ਮੇਰੀ ਸ਼ਰਤ ਹੈ ਸਾਨੂੰ ਤੂੰ ਮੰਗ ਕੇ ਵਿਖਾ ਪਹਿਲੇ ਜਿਵੇਂ ਅਸੀਂ ਮੰਗ ਤੇ ਲਿਆਣੇ ਆ ਨਾ ਪਹਿਲੇ ਸਾਨੂੰ ਮੰਗ ਤੇ ਲਿਆ ਤੇ ਵਿਖਾ ਤੇ ਮੋੜ ਅਸੀਂ ਇਹ ਤਾਂ ਰੋਲਾ ਹੀ ਕੋਈ ਨਹੀਂ ਇੱਕ ਮਿੰਟ ਪਹਿਲੇ ਮੰਗ ਲੈਣਾ ਅੱਲਾ ਦੇ ਨਾਂ ਤੇ ਦਿਓ ਬਾਈ ਫਿਤਰਾ ਨਾ ਲਵਣ ਆ ਗਈਆਂ ਓ ਚਬਾ ਸਾਡੇ ਕੋਲ ਨਹੀਂ ਆਵਾਮ ਕੋਲ ਬੋਲਦੀ ਹਾਂ ਓਏ ਬਾਦ ਦਾ ਕੰਮ ਮੈਂ ਪਹਿਲੇ ਨਿਕਾਹ ਤਾਂ ਕਰਨਾ ਐ ਮੇਰੇ ਕੋਲ ਮੱਡੀਆਂ ਬੜੀਆਂ ਪਈਆਂ ਨੇ ਓਏ ਅੱਗੇ ਪਿੱਛੇ ਸੋਚ ਹੀ ਲਈਆਂ ਤੇ ਜਿਹੜਾ ਹਸ਼ੁਰਤਾ ਸਾਡੇ ਨਾਲ ਦੰਮੀ ਨਾਲ ਲੱਕੀ ਤੋ ਐ ਨਾ ਤੈਨੂੰ ਮੰਗਣ ਕਿ ਤੈਨੂੰ ਮੈਂ ਲਿੱਤਰ ਨਾਲ ਤੇਰਾ ਮੂੰਹ ਉਡਾ ਦੇਵਾਂ ਹਯਾਤੀਆਂ ਹਯਾਤੀਆਂ ਤੇਰੀਆਂ ਗੱਲਾਂ ਮੈਨੂੰ ਇਹਨਾਂ ਗੁਲਾਬ ਦੇ ਫੁੱਲ ਪੈ ਵਜਦੇ ਨੇ ਫੁੱਲ ਮਗਰੇ ਭੁੱਖਾ ਤੇ ਸਟੂਰਿਆ ਵਦਾ ਮਾਇਆ ਹੀ ਤੁਹਾਡੇ ਸਿਰ ਤੇ ਕਿੰਨਾ ਪਾਤ ਜਾਸ ਜਿਵੇਂ ਜਿਵੇਂ ਮਗੇ ਰਮਦਾ ਮੈਨੂੰ ਲੱਗਦਾ ਮੈਨੂੰ ਰੰਡਾ ਕਰਕੇ ਖਲੋਸੀ ਘੋੜਾ ਕਿੱਡਾ ਵੇ ਸੂਰਾਂ ਦੇ ਮੱਥੇ ਮੈਂ ਵੀ ਲੱਗ ਕੇ ਗੋਲ ਹੋਈ ਆ ਤੇ ਸੂਰ ਕੋ ਲੈ ਲੈ ਤਰਾ ਕੇ ਹੈ ਸੂਰ ਵੇਖੀ ਨਾ ਆ ਤੇ ਸੋਹਣਾ ਹੈ ਨਾ ਪਨੀਰ ਹੈ ਮੈਂ ਉੱਤੇ ਵੀ ਐਂ ਕਰਨੀ ਤੇ ਇੱਥੇ ਵੀ ਐਂ ਕਰਨੀ ਮਾਤ ਵਾਲੇ ਮਗੇ ਰਾ ਕਿੱਥੇ ਜਾ ਸਕਦੇ ਸੀ ਅਸੀਂ ਤਾਂ ਬੈਂਡ ਬਰਾ ਦਾ ਕੰਮ ਸ਼ੁਰੂ ਕਰ ਲਿਆ ਆ ਅੰਨੇ ਆ ਖਲਾਨਾ ਤਾਂ ਕਿਸੇ ਦੀ ਕੀਤੀ ਬਣਾ ਹੁਣ ਤੂੰ ਜਿਹੜੀ ਕੱਲ ਦੀ ਦਿਹਾੜੀ ਲਾਵਣੀ 1-5 ਲਿਆਉਣਾ ਤੈਨੂੰ ਲੈ ਕੇ ਦੇਣਾ ਅੱਛਾ ਹੁਣ ਗੱਲ ਸੁਣ ਮੇਰੀ ਹੁਣ ਤੂੰ ਆ ਦੀ ਕਮਾਈ ਮੈਨੂੰ ਵਿਖਾ ਦਾ ਕਿੰਨੀ ਕੁ ਕਰ ਤੂੰ 1 ਮਿੰਟ ਆ ਮੇਰੇ ਵਾਹ ਤੇਰੇ ਤਿੰਨ ਦੇ ਇਕੱਠੇ ਨੂੰ ਅੱਛਾ ਹਾਂ ਮੈਂ ਮੇਰੇ ਸਿਗਟਾ ਲੈਣੀਆਂ ਨੇ ਤੇਰੇ ਕੰਨ ਤੇ ਮਾਰ ਸਾ ਚਲੋ ਠੀਕ ਹੁਣ ਮੇਰੀ ਗੱਲ ਸੁਣੋ
ਉਹ ਫਲਾਣਾ ਚੱਕ ਨੀ 33 ਚੱਕ ਉੱਥੇ ਨੇ ਸ਼ਾਦੀ ਠੀਕ ਹੈ ਆਪਾਂ ਇਕੱਠਿਆਂ ਨਹੀਂ ਜਾਣਾ ਆਪਾਂ ਫੁੱਟ ਫੁੱਟ ਤੇ ਜਾਣਾ ਪਹਿਲੇ ਮੈਂ ਜਾਣਾ ਨਹੀਂ ਯਾਰ ਪਹਿਲੇ ਤੂੰ ਚੱਲ ਜੰਦਰਾ ਮਾਰ ਦੇਣਾ ਤੇ ਚਾਬੀ ਟੋਇਆ ਖੜ ਦੇ ਵਿੱਚ ਪੂਰ ਦੇ ਤੇ ਚੱਲੀਏ ਆਪਾਂ ਵੀ ਸ਼ਾਦੀ ਦੀ ਠੀਕ ਹੈ ਮਿੰਟ ਮਾਰ ਵਾਜੀ ਵਾਜ ਦਿਹਾੜ ਲੱਗਣਾ ਚੰਗਾ ਤਕੜਾ ਉੱਥੇ ਆਏ ਅੰਦਰ ਮਹਿਮਾਨ ਤੇ ਸਾਰੇ ਪੜ੍ਹੇ ਲਿਖੇ ਹੁੰਦੇ ਨੇ ਤੇ ਉਹ ਗਰੀਬਾਂ ਦਾ ਵੀ ਬੜਾ ਤਰਸ ਕਰਦੇ ਨੇ ਉੱਥੋਂ ਫਿਤਰਾਨਾ ਮਾਰ ਰਹੇ ਚਲੋ ਜੀ ਹੈਲੋ ਹਾਂਜੀ ਬਾਈ ਜਾਨ ਉਸ ਜਗ੍ਹਾ ਤੇ ਆ ਜਾ ਜਿੱਥੋਂ ਕੱਲ ਚੜਾ ਕੇ ਗਿਆ ਹਾਂਜੀ ਉਸ ਹਾਂ ਉਹੀ ਥਾਂ ਹੈ ਜਿਹੜੀ ਨੁੱਕਰ ਆਈ ਪਿੰਡ ਦੀ ਬਿਲਕੁਲ ਜਲਦੀ ਆਵਣ ਵਾਲੀ ਤੇਰਾ ਕਿਰਾਇਆ ਸੀ ਅੱਗੇ ਕਦੇ ਰੱਖਿਆ ਚਗਲਾ ਮਾਰਨਾ ਈ ਚੱਲ ਜਲਦੀ ਆ ਮਿੰਟ ਮਾਰ ਮਿੰਟ ਮਾਰ ਮਿੰਟ ਕਰ ਸਟੇ ਫੋਨ ਉਹ ਆਂਦਾ ਪਿਆ ਤੇ ਬਾਕੀ ਇਹ ਗੱਲ ਹੁਣ ਧੰਮੀ ਲਾਉ ਤੁਹਾਡੇ ਨਾਲ ਕੋਈ ਨਹੀਂ ਮੈਂ ਮੇਰੇ ਰੱਲਾ ਨਾਲ ਵੇਲਾ ਮਿਲੋ ਪਾਈ ਰੱਖਦਾ ਆਈ ਤੇ ਤੁਹਾਡੇ ਮਗਰ ਮੈਂ ਕਿਉਂ ਬੇਇੱਜ਼ਤੀ ਕਰਾਂ ਬਾਉ ਆਪਣੇ ਕੋਲ ਪੈਸੇ ਲੈਂਦੀ ਹੈ ਦਿਹਾੜੀ ਤੂੰ ਦਿਹਾੜੀ ਵੀ ਤਾਂ ਖੁੱਲੀ ਡੁੱਲੀ ਦਿੰਨੇ ਆ ਵਧਾ ਸੱਟੋ ਨਾ ਜਿਵੇਂ ਮੰਗਾਈ ਤੇ ਦਿਹਾੜੀ ਵੀ ਵੱਧ ਗਈ ਹੈ ਵੱਧ ਗਈ ਚਲੋ ਕੱਲ ਤੋਂ ਦਿਹਾੜੀ ਵਧਾ ਟੈਨਸ਼ਨ ਨਹੀਂ ਹਾਂ ਹਾਂ ਠੀਕ ਹੈ ਆ ਗੱਡੀ ਆ ਗਿਆ ਤੇਰੇ ਪਿਓ ਦੇ ਬੱਚੇ ਚੀਕਣ ਕੇ ਮਰਨੇ ਆ ਸਾਈ ਮੈਂ ਤੁਹਾਡੇ ਮਗਰਾਂ ਤੇ ਆ ਜਾਓ ਕਿਤੇ ਨਾ ਬੰਦ ਕਰ ਗੱਡੀ ਆ ਲਾਂਦਾ ਸਾਡੇ ਮਗਰੂ ਤੁਹਾਨੂੰ ਲਾਂਦਾ ਹੈ ਮੈਂ ਤੁਹਾਡੇ ਮਗਰੂ ਨਹੀਂ ਲਾਂਦਾ ਅੱਛਾ ਰੁਟੀਨ ਖਰਾਬ ਹੁੰਦਾ ਪਿਆ ਗੱਲ ਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਬਈ ਰੁਟੀਨਾ ਬਣਾ ਤੁਰੇ ਵਧੇ ਨੇ ਇਹ ਲੁਟੇਰੇ ਬਣੇ ਵਧੇ ਨੇ ਉਹ ਮੇਰਾ ਬਿਰਾ ਵੇਖੀ ਬੈਠੇ ਹੋ ਚੰਗੇ ਭਲੇ ਨੱਟੇ ਕੱਟੇ ਤੇ ਰੰਨਾ ਕਿਰਾਏ ਤੇ ਲਾਇਕ ਬਜ ਵਗਦੇ ਬਾਜ਼ਾਰਾਂ ਦੇ ਵਿੱਚ ਫਿਤਰਾਨੇ ਲੈਂਦੇ ਬਣੇ ਆ ਉਹ ਮੀਆਂ ਬੱਚੋ ਜੇਕਰ ਤੁਸੀਂ ਫਿਤਰਾਨਾ ਦੇਵਣਾ ਨਾ ਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਵੇਖੋ ਗਰੀਬ ਬੰਦਾ ਕਿਹੜਾ ਤੇ ਅਮੀਰ ਬੰਦਾ ਕਿਹੜਾ ਹੈ ਮੁੜ ਫਿਤਰਾਨਾ ਦਿਓ ਐਵੇਂ ਸੁੱਕ ਨਿਕਲਣ ਦਾ ਆਟੇ ਨਾ ਵੀਟੋ ਹੈ ਲੱਗਣਾ ਖਵਾਨਾ ਤਨੇ ਇਸ ਮੱਥੀ ਤੇ ਵਲੀ ਤੇ